ਭਗਤ ਕੌਣ ਹੈ ਜਿਨ੍ਹਾਂ ਨੇ ਰੱਬੀ ਗੁਣਾਂ ਨੂੰ ਜੀਵਨ ਦੇ ਵਿੱਚ ਧਾਰਨ ਕਰ ਲਿਆ, ਜਾਂ ਮੈਂ ਸਿੱਧਾ ਹੀ ਕਹਿ ਦੇਵਾਂ ਵੀ ਭਗਤ ਹੈ ਰੱਬ ਦੇ ਗੁਣ, ਉਹ ਗੁਣ ਜਿਨ੍ਹਾਂ ਨੂੰ ਆਪਾਂ ਆਪਣੀ ਲਾਈਫ ਵਿੱਚ ਧਾਰਨ ਕਰਨਾ, ਜਿਨ੍ਹਾਂ ਗੁਣਾਂ ਨੂੰ ਧਾਰਨ ਕਰਕੇ ਬਾਬਾ ਧੰਨਾ ਜੀ ਵਰਗੇ ਤਰ ਗਏ ਅਤੇ ਸਤਿਗੁਰੂ ਨੇ ਕਹਿ ਦਿੱਤਾ ਧੰਨੈ ਧੰਨ ਪਾਇਆ ਧਰਨੀ ਤਰ ਮਿਲ ਜਨ ਸੰਤ ਸਮਾਨਿਆ, ਧੰਨਾ ਵੀ ਤਰ ਗਿਆ। ਹੁਣ ਅਗਾਂਹ ਥੋੜ੍ਹਾ ਜਿਹਾ ਜੇ ਆਪਾਂ ਚੱਲਦੇ ਹਾਂ, ਮਾਲਕ ਜੀ ਨੇ ਜਦੋਂ ਉਹ ਪੰਕਤੀਆਂ ਉਚਾਰਨ ਕੀਤੀਆਂ ਸੁਣਨ ਵਾਲੀਆਂ ਅਤੇ ਬਾਰ ਬਾਰ ਦੋ ਗੱਲਾਂ 'ਤੇ ਜ਼ੋਰ ਦਿੱਤਾ, ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼, ਕੇ ਜਿਹੜੇ ਭਗਤ ਹੁੰਦੇ ਨੇ ਰੱਬ ਦੇ ਪਿਆਰੇ ਹੁੰਦੇ ਨੇ ਉਹਨਾਂ ਦੇ ਮਨ ਦੇ ਵਿੱਚ ਹਮੇਸ਼ਾ ਖੁਸ਼ੀ ਰਹਿੰਦੀ ਹੈ, ਖੁਸ਼ ਰਹਿੰਦੇ ਨੇ ਹਮੇਸ਼ਾ, ਅਤੇ ਜ਼ਿੰਦਗੀ ਦੇ ਵਿੱਚ ਉਹ ਕਦੇ ਦੁਖੀ ਨਹੀਂ ਹੁੰਦੇ। ਫਿਰ ਸੁਣਦੀਆਂ ਜਦੋਂ ਪੌੜੀਆਂ ਖਤਮ ਹੁੰਦੀਆਂ ਨੇ ਅਤੇ ਸਤਿਗੁਰੂ ਜੀ ਮੰਨਣ ਦੀ ਗੱਲ ਕਰਦੇ ਨੇ, ਮੰਨਣ ਦੀਆਂ ਪੌੜੀਆਂ ਉਚਾਰਨ ਕਰਕੇ ਕਹਿੰਦੇ ਨੇ ਜੇ ਮੰਨ ਲਈਏ ਆਪਾਂ, ਕਿਉਂਕਿ ਜੋ ਸੁਣਦੇ ਹਾਂ ਉਹਨੂੰ ਮੰਨਣਾ ਵੀ ਤਾਂ ਪਵੇਗਾ ਨਾ, ਐਸਾ ਥੋੜ੍ਹੀ ਹੈ ਵੀ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਵੀ ਹਾਥੀ ਜਿਹੜਾ ਹੈ ਉਹ ਜਦੋਂ ਨਹਾ ਕੇ ਚੱਲਦਾ ਹੈ ਨਦੀ 'ਚ ਵੜਦਾ ਹੈ ਫਰੈਸ਼ ਹੋ ਗਿਆ ਨਾ, ਹਾਥੀ ਨਹਾਤਾ ਧੋਤਾ ਫਰੈਸ਼ ਹੋ ਗਿਆ ਵੀ ਵਧੀਆ ਵੀ ਨਜ਼ਾਰੇ ਬੱਝ ਕੇ, ਜਦੋਂ ਉਹ ਬਾਹਰ ਨਿਕਲਦਾ ਆਪਣੀ ਸੁੰਡ ਦੇ ਵਿੱਚ ਗੰਦ ਭਰਦਾ ਫਿਰ ਉੱਤੇ ਦਾ ਉੱਤੇ ਗੰਦੇ ਦਾ ਗੰਦਾ ਉੱਦਾਂ ਦਾ ਹੀ, ਕੁੰਚਰੀ ਇਸ਼ਨਾਨ ਥੋੜ੍ਹੀ ਆਪਾਂ ਕਰਨਾ, ਕੀ ਕਰਨਾ? ਸਤਿਗੁਰੂ ਨੇ ਕਿਹਾ ਕੁੰਚਰੀ ਇਸ਼ਨਾਨ ਨਹੀਂ ਕਰਨਾ, ਹਾਥੀ ਵਾਲਾ ਇਸ਼ਨਾਨ ਨਾ ਕਰਿਓ, ਵੀ ਮੰਦਿਰ 'ਚ ਬੈਠ ਕੇ ਮਸਜਿਦ ਵਿੱਚ ਬੈਠ ਕੇ ਗੁਰਦੁਆਰੇ 'ਚ ਬੈਠ ਕੇ ਗੁਰੂ ਗੁਰੂ ਕਰ ਲਿਆ, ਗੁਰੂ ਦੀ ਗੱਲ ਸੁਣ ਲਈ, ਬਾਹਰ ਨਿਕਲੇ ਬਾਅਦ ਵਿੱਚ ਸਭ ਕੁਝ ਚੱਕਿਆ ਅਤੇ ਫਿਰ ਉੱਤੇ ਪਾ ਲਿਆ, ਇੱਦਾਂ ਦਾ ਜੀਵਨ ਨਹੀਂ ਹੋਣਾ ਚਾਹੀਦਾ। ਜੇ ਉਹ ਸੁਣਦੇ ਹਾਂ ਉਹਨੂੰ ਮੰਨੀਏ, ਜੋ ਸੁਣਿਆ ਉਹਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲਈਏ। ਇੱਕ ਛੋਟੀ ਜਿਹੀ ਮੈਂ ਗੱਲ ਕਹਿ ਦੇਵਾਂ, ਅੱਜ ਕੱਲ੍ਹ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਉਹਨਾਂ ਦੀਆਂ ਲਿਖਤਾਂ ਦਾ ਸਾਡੇ ਪੰਥ ਵਿੱਚ ਬੜਾ ਰੌਲਾ ਹੈ, ਬਹੁਤ ਸਾਰਾ ਰੌਲਾ ਪਾਇਆ ਜਾ ਰਿਹਾ ਉਹਨਾਂ ਦੀਆਂ ਲਿਖਤਾਂ ਦੇ ਬਾਰੇ। ਖੈਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਾਡੇ ਬਹੁਤ ਸਾਰੇ ਐਸੇ ਧਰਮ ਗ੍ਰੰਥ ਹੈ ਜਿਨ੍ਹਾਂ 'ਚ ਰੌਲਾ ਪਾਇਆ ਗਿਆ ਹੈ, ਪਰ ਇੱਕ ਚੀਜ਼ ਚੇਤੇ ਰੱਖਿਓ ਗੁਰਮੁਖੋ, ਭਾਵੇਂ ਕਿ ਅਸੀਂ ਸਾਰੇ ਆਪਸ ਵਿੱਚ ਭਰਾ ਵਾਂ ਭੈਣਾਂ ਇਕੱਠੇ ਹੋਏ ਹਾਂ, ਇੱਕ ਗੱਲ ਹਮੇਸ਼ਾ ਚੇਤੇ ਰੱਖਿਓ, ਜਦੋਂ ਆਪਾਂ ਕਿਸੇ ਚੀਜ਼ ਨੂੰ ਸੰਪੂਰਨ ਤੌਰ 'ਤੇ ਰੱਦ ਕਰਨਾ ਸ਼ੁਰੂ ਕਰ ਦੇਵਾਂਗੇ ਨਾ, ਰੱਦ ਕਰਨ ਦੀ ਜਿਹੜੀ ਬਿਰਤੀ ਹੁੰਦੀ ਨਾ, ਕੰਡੈਮ ਕਰਨ ਦੀ ਜਿਹੜੀ ਬਿਰਤੀ ਹੁੰਦੀ ਹੈ, ਵੀ ਮੰਨ ਲਓ ਮੈਂ ਕਹਿ ਦੇਵਾਂ ਵੀ ਮੈਂ ਮਹਿਮਾ ਪ੍ਰਕਾਸ਼ ਨੂੰ ਕੰਡੈਮ ਕਰਦਾ, ਮੈਂ ਗਿਆਨੀ ਗਿਆਨ ਸਿੰਘ ਦੀਆਂ ਲਿਖੀਆਂ ਲਿਖਤਾਂ ਨੂੰ ਕੰਡੈਮ ਕਰਦਾ, ਮੈਂ ਰਤਨ ਸਿੰਘ ਪੰਗੂ ਦੀਆਂ ਲਿਖਤਾਂ ਨੂੰ ਕੰਡੈਮ ਕਰਦਾ, ਭਾਈ ਵੀਰ ਸਿੰਘ ਦੀਆਂ ਲਿਖਤਾਂ ਕੰਡੈਮ ਕਰਤੀਆਂ, ਭਾਈ ਸੰਤੋਖ ਸਿੰਘ ਚੂੜਾਮਣੀ ਦੀਆਂ ਲਿਖਤਾਂ ਕੰਡੈਮ ਕਰਤੀਆਂ। ਕੰਡੈਮ ਕਰਨਾ ਸੌਖਾ, ਕਿਸੇ ਨੂੰ ਰਿਜੈਕਟ ਕਰਨਾ ਬਹੁਤ ਸੌਖਾ, ਇਹ ਚੀਜ਼ ਚੇਤੇ ਰੱਖਿਓ, ਪਰ ਸਾਡੀ ਬਿਰਤੀ ਪਤਾ ਕਿੱਦਾਂ ਦੀ ਹੋਣੀ ਚਾਹੀਦੀ, ਜਿਵੇਂ ਸਤਿਗੁਰੂ ਨੇ ਕਿਹਾ ਵੀ ਜਿਸ ਤਰ੍ਹਾਂ ਰੇਤ ਦੇ ਵਿੱਚ ਖੰਡ ਖਿਲਰ ਜਾਏ ਨਾ, ਤੇ ਉੱਥੇ ਖਿਲਰੀ ਹੋਈ ਖੰਡ ਨੂੰ ਹਾਥੀ ਨਹੀਂ ਚੁੱਕ ਸਕਦਾ, ਕਿ ਚੁੱਕ ਸਕਦਾ? ਹਾਥੀ ਕੀ ਕਰੇਗਾ, ਉਹ ਮਿਕਸ ਕਰ ਦੇਗਾ, ਲਤਾੜ ਦੇਗਾ ਸਾਰੀ ਨੂੰ, ਲੇਕਿਨ ਰੇਤ ਦੇ ਵਿੱਚ ਜਿਹੜੀ ਖੰਡ ਖਿਲਰੀ ਹੈ ਉਹਨੂੰ ਚੁੱਕੇਗਾ ਪਤਾ ਕੌਣ? ਕੀੜੀ। ਉਹ ਕੀੜੀ ਕੱਢੇਗੀ ਉਹਨੂੰ, ਸਾਡੀ ਕੀੜੀ। ਕੀੜੀ ਕਿਉਂ ਕਿਹਾ ਗਿਆ ਭਲਾ? ਜੇ ਤੂੰ ਅਕਲ ਲਤੀਫ ਬਰੀਕ, ਲਤੀਫ ਦਾ ਆਖਰੀ ਅਰਥ ਹੁੰਦਾ ਹੈ ਬਰੀਕ ਸੋਚ ਵਾਲਾ ਇਨਸਾਨ, ਜੇ ਤੂੰ ਅਕਲ ਲਤੀਫ ਬਰੀਕ ਹੈ ਜੇ ਤੇਰੀ ਸੋਚ, ਉੱਚੀ ਸੁਰਤ ਹੈ ਜੇ ਤੇਰੀ, ਜੇ ਤੇਰੀ ਚੰਗੀ ਸੋਚ ਹੈ, ਫਿਰ ਕੀ ਕਰਨਾ ਜੀ? ਕਾਲੇ ਲਿਖਣਾ ਲੇਖ, ਆਪਣੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਸਾਡੀ ਸੋਚ, ਸਾਡੀ ਸੁਰਤੀ ਜਿਹੜੀ ਹੈ ਉਹ ਕੀੜੀ ਵਰਗੀ ਹੋਣੀ ਚਾਹੀਦੀ। ਔਰ ਆਪਾਂ ਸਾਇੰਸ ਨੂੰ ਪੜ੍ਹਦੇ ਹਾਂ, ਦੇਖਦੇ ਵੀ ਸੁੰਘਣ ਸ਼ਕਤੀ ਜਿਹੜੀ ਨਾ ਕੀੜੀ ਦੀ ਬੜੀ ਤੇਜ਼ ਹੁੰਦੀ ਹੈ, ਮਹਿਸੂਸ ਕਰਨ ਦੀ ਸ਼ਕਤੀ ਵੀ ਕੀੜੀ ਦੀ ਬੜੀ ਤੇਜ਼ ਹੁੰਦੀ ਹੈ।
ਉਹ ਸੁੰਘਣ ਸ਼ਕਤੀ ਉਹਦੀ ਇੰਨੀ ਤੇਜ਼ ਵੀ ਵੇਖੋ ਕਿੱਥੇ ਸਮਾਨ ਪਿਆ ਮਿੱਠਾ, ਕੀੜੀ ਭੱਜੀ ਹੋਈ ਆਉਂਦੀ ਹੈ, ਖਾ ਲੈਂਦੀ ਚੱਕ ਲੈਂਦੀ ਹੈ, ਪਤਾ ਲੱਗਦਾ ਇਹਨੂੰ ਵੀ ਸਾਡੇ ਟੇਬਲ 'ਤੇ ਗੱਚਕ ਪਈ ਹੈ, ਗੁੜ ਪਿਆ, ਖੰਡ ਪਈ ਹੈ, ਕਿੱਥੋਂ ਹੈ, ਬਿਲਕੁਲ ਲੀਹ ਦੇ ਵਿੱਚ ਤੁਰੀਆਂ ਹੋਈਆਂ ਆਉਂਦੀਆਂ ਨੇ, ਕਿੱਦਾਂ ਹੈ ਭਾਰਤ ਦਾ ਨਕਸ਼ਾ ਬਣਾ ਕੇ ਫਿਰ ਖੁੱਡ 'ਚ ਜਾ ਕੇ ਵੜ ਜਾਂਦੀਆਂ ਨੇ। ਜੇ ਸੁਰਤੀ ਇੱਦਾਂ ਦੀ ਰੱਖੀਏ ਨਾ ਤਾਂ ਫਿਰ ਖੰਡ ਚੁੱਕੀ ਜਾਣੀ। ਮੈਂ ਜਿੱਥੋਂ ਗੱਲ ਤੋਰੀ ਸੀ ਉੱਥੇ ਦੁਬਾਰਾ ਆ ਜਾਵਾਂ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਦੀਆਂ ਲਿਖਤਾਂ ਨੂੰ ਪੜ੍ਹਨ ਤੋਂ ਪਹਿਲਾਂ ਭਾਈ ਵੀਰ ਸਿੰਘ ਨੂੰ ਜ਼ਰੂਰ ਪੜ੍ਹਿਓ। ਭਾਈ ਵੀਰ ਸਿੰਘ ਜੀ ਨੇ ਸੰਪਾਦਿਤ ਕੀਤਾ ਨਾ ਸਾਰਾ ਦਾ ਸਾਰਾ ਗ੍ਰੰਥ, ਭਾਈ ਵੀਰ ਸਿੰਘ ਜੀ ਨੇ ਗ੍ਰੰਥ ਸੰਪਾਦਿਤ ਕੀਤਾ ਹੈ, ਅਤੇ ਉਹਨਾਂ ਦੀ ਸੰਪਾਦਨਾ ਦੇ ਵਕਤ ਇੱਕ ਕਿਤਾਬ ਛਪੀ ਸੀ ਜਿਹੜੀ ਭਾਸ਼ਾ ਵਿਭਾਗ ਨੇ ਪ੍ਰਕਾਸ਼ਿਤ ਕੀਤੀ ਸੀ। ਉਹਦੇ ਵਿੱਚ ਉਹਨਾਂ ਨੇ ਸਾਰੀਆਂ ਗੱਲਾਂ ਲਿਖੀਆਂ ਵੀ ਇਹਦੇ ਵਿੱਚ ਕਿੱਦਾਂ ਕਿੱਦਾਂ ਰਲਾ ਪਿਆ ਵਾ, ਕਿੱਦਾਂ ਕਿੱਦਾਂ ਦੇ ਖਰੜੇ ਸੀ ਜਿਹੜੇ ਸਾਡੇ ਕੋਲੋਂ ਗੁੰਮ ਹੋ ਗਏ, ਕਿਉਂਕਿ ਬਹੁਤ ਸਾਰਾ ਸਾਡੇ ਨਾਲ ਖਿਲਵਾੜ ਹੋਇਆ, ਸਾਡੀ ਕੌਮ ਦੇ ਨਾਲ, ਸਾਡੇ ਇਤਿਹਾਸ ਦੇ ਨਾਲ। ਖੈਰ ਮੈਂ ਆਪਣੀ ਗੱਲ ਤੱਕ ਆ ਜਾਵਾਂ, ਪਰ ਇੱਕ ਚੀਜ਼ ਜ਼ਰੂਰ ਯਾਦ ਰੱਖਿਓ ਗੁਰਮੁਖੋ, ਜੇ ਲਖਵਿੰਦਰ ਸਿੰਘ ਦੇ ਵਿੱਚ ਗੁਣ 100 ਹੈ ਤੇ ਔਗਣ ਵੀ ਹੋਣੇ 10-12। ਜੇ ਤੁਹਾਡੇ ਵਿੱਚ ਗੁਣ ਹੈ ਔਗਣ ਵੀ ਹੋਣੇ ਹੈ। ਗੁਣ ਅਤੇ ਔਗਣ ਹਰ ਇਨਸਾਨ 'ਚ ਤੁਰਦੇ ਹੈ, ਪਰ ਸੁਰਤ ਅਤੇ ਸੋਚ ਗੁਰੂ ਵਾਲੀ ਰੱਖੋ। ਸਤਿਗੁਰੂ ਕੀ ਕਹਿੰਦੇ ਨੇ ਭਲਾ ਆਪਣੀ ਪਾਉਣ ਬਾਣੀ ਦੇ ਵਿੱਚ, ਔਗਣ ਛੋੜ ਗੁਣਾ ਕੋ ਧਾਵੋ, ਕਹਿੰਦੇ ਔਗਣ ਛੱਡ ਕੇ ਗੁਣਾ ਵੱਲ ਦੌੜ ਲਾਓ, ਭੱਜੋ ਗੁਣਾ ਵੱਲ, ਗੁਣ ਪਕੜੋ। ਕਿਹਨੂੰ ਕਿਹਨੂੰ ਤੋੜਾਂਗੇ, ਕਿੰਨੇ ਕੁ ਜਥੇ ਬਣਾਉਣੇ ਆਪਾਂ ਹੋਰ ਕੌਮ ਦੇ ਵਿੱਚ, ਕਿੰਨੀਆਂ ਕੁ ਜਥੇਬੰਦੀਆਂ ਹੋਰ ਖੜੀਆਂ ਕਰਨੀਆਂ, ਕਿੰਨੇ ਕੁ ਸਾਡੀ ਗਿਣਤੀ ਹੈ, ਕਿੰਨਾ ਕੁ ਬਖੇੜਾ ਹੋਰ ਆਪਾਂ ਖੜਾ ਕਰਨਾ। ਕੌਮ ਦੀ ਚੜ੍ਹਦੀ ਕਲਾ ਬਾਰੇ ਸੋਚਣਾ ਚਾਹੀਦਾ ਵੀ ਕੌਮ ਨੂੰ ਇੱਕ ਨਵਾਂ ਘਰ ਚਾਹੀਦਾ, ਚਾਹੀਦਾ ਵੀ ਨਹੀਂ ਚਾਹੀਦਾ। ਸਾਡੀ ਕੌਮ ਤਾਂ ਕਿਰਾਏ 'ਤੇ ਹੈ ਨਾ, ਆਪਾਂ ਕਿਰਾਏ 'ਤੇ ਰਹਿ ਰਹੇ ਨਾ ਸਾਰੇ ਜਾਣੇ, ਵੀ ਕੌਮ ਨੂੰ ਇੱਕ ਵੱਖਰਾ ਘਰ ਵੀ ਤਾਂ ਚਾਹੀਦਾ ਹੈ। ਕੌਮ ਦੀ ਚੜ੍ਹਦੀ ਕਲਾ ਬਾਰੇ ਵੀ ਤਾਂ ਸੋਚਣਾ ਹੈ ਕਿ ਘਰ ਦੇ ਵਿੱਚ ਬਖੇੜਾ ਖੜਾ ਕਰਕੇ ਅਸੀਂ ਜੇ 5 ਭਰਾ ਵਾਂ ਤਾਂ ਸਾਰਿਆਂ ਦਾ ਮੂੰਹ ਦੱਖਣ ਨੂੰ, ਪੱਛਮ ਨੂੰ, ਉੱਤਰ ਨੂੰ ਅਤੇ ਆਸੇ ਪਾਸੇ ਨੂੰ, ਵੀ ਸਾਰੇ ਲੜਦੇ ਰਹੋ ਆਪਸ ਦੇ ਵਿੱਚ। ਮੇਲ ਕੀ ਕਰਨਾ ਚਾਹੀਦਾ ਹੈ, ਪਹਿਲਾਂ ਇਹ ਸੋਚੋ ਵੀ ਕੌਮ ਨੂੰ ਸਾਹਮਣਾ ਕਿੱਦਾਂ ਹੈ। ਪੰਜਾਬ ਦੇ ਵਿੱਚ ਕਿੰਨਾ ਨਸ਼ਾ ਹੈ ਉਹਦੇ ਬਾਰੇ ਵਿਚਾਰ ਕਰੋ, ਕਰਨੀ ਚਾਹੀਦੀ ਹੈ। ਪੰਜਾਬ ਨੂੰ ਨਸ਼ਾ ਖਾ ਚੁੱਕਾ ਹੈ ਉਹਦੇ ਬਾਰੇ ਸੋਚੋ। ਪੰਜਾਬ ਦੇ ਇਕੱਲੇ ਇਕੱਲੇ ਪਿੰਡ ਦੇ ਵਿੱਚ ਕਿੰਨੇ ਗਰੀਬ ਹੈ, ਜਿਨ੍ਹਾਂ ਦੇ ਕੋਲ ਚੰਗੇ ਘਰ ਨਹੀਂ ਹੈ, ਜਿਨ੍ਹਾਂ ਦੇ ਬੱਚਿਆਂ ਦੀ ਸਹੀ ਪੜ੍ਹਾਈ ਨਹੀਂ ਹੋ ਰਹੀ, ਪਰਵਰਿਸ਼ ਨਹੀਂ ਹੋ ਰਹੀ, ਗਰੀਬੀ ਦੀ ਮਾਰ ਹੇਠਾਂ ਦੱਬੇ ਪਏ ਹੈ, ਬਹੁਤੇ ਵਿਚਾਰੇ ਗਰੀਬੀ ਦੇ ਕਰਕੇ ਈਸਾਈ ਬਣ ਗਏ ਹੈ। ਆ ਤਰਨ ਤਾਰਨ ਵੱਲ ਤੁਸੀਂ ਜਾ ਕੇ ਵੇਖੋ, ਪਿੰਡਾਂ ਦੇ ਪਿੰਡ ਅਗਲੇ ਨੇ ਬਣਾ ਲਏ, ਉਹਦੇ ਪਿੱਛੇ ਕਾਰਨ ਕੀ ਆ ਹੀ ਹੈ ਜ਼ਿਆਦਾਤਰ, ਉਹਦੇ ਬਾਰੇ ਵਿਚਾਰ ਕਰਨੀ ਚਾਹੀਦੀ। ਜੇ ਪਿੰਡਾਂ ਵਿੱਚ ਜਾ ਕੇ ਆਪਾਂ ਵੇਖੀ ਲੋਕਾਂ ਦੀਆਂ ਜ਼ਰੂਰਤਾਂ ਕੀ ਹੈ, ਲੋੜਾਂ ਕੀ ਹੈ, ਉਹਦੇ ਬਾਰੇ ਵਿਚਾਰ ਕਰੋ। ਨਸ਼ੇ ਕਿੱਦਾਂ ਖਤਮ ਕਰਨੇ ਆ, ਸਹੀ ਉੱਚ ਪਾਏ ਦੀ ਪੜ੍ਹਾਈ ਕਿੱਦਾਂ ਪੰਜਾਬ ਨੂੰ ਦੇਣੀ ਹੈ, ਜਾਂ ਹੋਰ ਪੰਜਾਬ ਦੇ ਬਹੁਤ ਸਾਰੇ ਮਸਲੇ ਉਹਦੇ ਉੱਤੇ ਵਿਚਾਰ ਕਰਨੇ ਕਿ ਆਪਾਂ ਇਹ ਕਰਨਾ ਹੈ, ਇੱਦਾਂ ਦੀਆਂ ਵਿਚਾਰਾਂ ਕਰਕੇ ਕੌਮ ਨੂੰ ਤੋੜੀ ਜਾਣਾ। ਖੈਰ ਮੈਂ ਆਪਣੇ ਵੱਲ ਆ ਜਾਵਾਂ। ਭਾਈ ਸੰਤੋਖ ਸਿੰਘ ਚੂੜਾਮਣੀ ਦਾ ਇੱਕ ਬੜਾ ਪਿਆਰਾ ਜਿਹਾ ਬਚਨ ਮੈਂ ਪੜ੍ਹ ਰਿਹਾ ਸੀ, ਉਹਨਾਂ ਦੇ ਬਚਨ ਦੇ ਵਿੱਚ ਇੱਕ ਬੜੀ ਪਿਆਰੀ ਜਿਹੀ ਗੱਲ ਮੈਨੂੰ ਪੜ੍ਹਨ ਨੂੰ ਮਿਲੀ, ਜਿੱਥੇ ਉਹਨਾਂ ਨੇ ਕਿਹਾ, ਕਹਿੰਦੇ ਨੇ ਸ਼ਰਧਾ ਸਿੱਖੀ ਮੂਲ ਮਹਾਨੀ। ਮੈਂ ਗੁਰੂ ਹਰਿ ਸਾਹਿਬ ਦੇ ਜੀਵਨ ਦੀ ਗੱਲ ਕਰਨ ਲੱਗਾ, ਕੱਲ੍ਹ ਵੀ ਕੀਤੀ ਸੀ, ਅੱਜ ਵੀ ਸਮਝੋ ਵੀ ਸਾਰਾ ਟੌਪਿਕ ਉਹਨਾਂ ਦੇ ਜੀਵਨ ਦੇ ਆਸੇ ਪਾਸੇ ਆਪਾਂ ਘੁਮਾ ਰਹੇ। ਕਿਉਂਕਿ ਪ੍ਰਿੰਸੀਪਲ ਸਤਬੀਰ ਸਿੰਘ ਕਹਿੰਦੇ ਗੁਰੂ ਹਰਿ ਸਾਹਿਬ ਨਿਰਭਉ ਨਿਰਵੈਰ ਹੈ, ਅਤੇ ਉਹਨਾਂ ਦੇ ਜੀਵਨ ਦੇ ਵਿੱਚ ਕੋਮਲਤਾ ਬੜੀ ਹੈ, ਪਿਆਰ ਬੜਾ ਹੈ, ਨਿਰਭਉ ਨਿਰਵੈਰ ਵੀ ਇੱਦਾਂ ਦੇ ਵੀ ਕਿਸੇ ਨਾਲ ਈਰਖਾ ਨਹੀਂ, ਦੁਵੈਸ਼ ਨਹੀਂ। ਅਤੇ ਸਭਨਾਂ ਨੂੰ ਪਤਾ ਕੀ ਕਹਿੰਦੇ, ਜਦੋਂ ਮੈਂ ਹੈਰਾਨ ਹੋਇਆ, ਇੱਕ ਸਿੱਖ ਆਇਆ ਗੁਰੂ ਸਾਹਿਬ ਦੇ ਕੋਲ ਅਤੇ ਸਤਿਗੁਰੂ ਨੂੰ ਆ ਕੇ ਕਹਿੰਦਾ ਮਹਾਰਾਜ ਮੈਂ ਲੰਗਰ ਚਲਾਉਂਦਾ, ਦੂਸਰਾ ਕਹਿੰਦਾ ਮਹਾਰਾਜ ਮੈਂ ਵੀ ਚਲਾਉਂਦਾ, ਤੀਸਰਾ ਕਹਿੰਦਾ ਜੀ ਮੈਂ ਵੀ ਚਲਾਉਂਦਾ। ਇਹ ਉਸ ਟਾਈਮ ਦੀ ਗੱਲ ਸੀ ਜਦੋਂ ਪੰਜਾਬ ਦੀ ਧਰਤੀ ਉੱਤੇ ਸ਼ਾਹਜਹਾਨ ਦਾ ਰਾਜ ਸੀ, ਅਤੇ ਸੰਨ 1646 ਦੇ ਵਿੱਚ ਜਦੋਂ ਕਿ ਸਤਿਗੁਰੂ ਦੀ ਉਮਰ 14 ਅਤੇ 15 ਸਾਲ ਦੇ ਵਿੱਚ ਸੀ, ਪੰਜਾਬ ਦੇ ਉੱਤੇ ਇੱਕ ਕਾਲ ਪਿਆ ਸੀ।
ਜਿਹੜੇ ਹਿਸਟਰੀ ਦੇ ਵਿਦਿਆਰਥੀ ਉਹਨਾਂ ਨੇ ਪੜ੍ਹਿਆ ਹੋਵੇਗਾ ਸ਼ਾਇਦ ਕਿਤੇ। ਸ਼ਾਹਜਹਾਂ ਨੇ ਪੰਜਾਬ ਦੇ ਵਿੱਚ ਨਹਿਰਾਂ ਪਟਾਉਣੀਆਂ ਸ਼ੁਰੂ ਕੀਤੀਆਂ ਸੀ ਪਰ ਗੱਲ ਨਹੀਂ ਸੀ ਬਣੀ। ਅਤੇ 1646 ਦੇ ਵਿੱਚ ਜਿਸ ਟਾਈਮ ਕਾਲ ਪਿਆ ਨਾ ਪੰਜਾਬ ਦੇ ਵਿੱਚ, ਇੱਕ ਇੱਦਾਂ ਦੀ ਭੁੱਖ ਮਰੀ ਸੀ, ਇੱਦਾਂ ਦਾ ਕਾਲ ਸੀ, ਮੈਂ ਪੜ੍ਹ ਕੇ ਹੈਰਾਨ ਹੋ ਗਿਆ ਕਿ ਮਾਵਾਂ ਨੇ ਪੁੱਤ ਵੇਚ ਦਿੱਤੇ ਸੀ, ਮਾਵਾਂ ਨੇ ਆਪਣੀਆਂ ਔਲਾਦਾਂ ਵੇਚ ਦਿੱਤੀਆਂ, ਰੁਪਈਏ ਰੁਪਈਏ ਤੋਂ ਲੋਕ ਜਾਂ ਪਾਣੀ ਦੇ ਇੱਕ ਇੱਕ ਘੁੱਟ ਤੋਂ ਲੋਕ ਜਿਸਮ ਵੇਚ ਰਹੇ ਸੀ, ਅਤੇ ਨਿੱਕੀ ਨਿੱਕੀ ਗੱਲ ਤੋਂ ਲੋਕ ਕਤਲ ਕਰਨ ਲੱਗ ਪਏ ਸੀ। ਇੰਨਾ ਪੰਜਾਬ ਦਾ ਮਾੜਾ ਹਾਲ ਹੋ ਗਿਆ ਸੀ। ਅਤੇ ਬਦਕਿਸਮਤੀ ਉਸ ਟਾਈਮ ਵੀ ਸਰਕਾਰਾਂ ਇੱਦਾਂ ਦੀਆਂ ਸੀ, ਸ਼ਾਹਜਹਾਂ ਤੱਕ ਜਦੋਂ ਗੱਲ ਪਹੁੰਚੀ ਤਾਂ ਉਸ ਬੰਦੇ ਨੇ ਪਤਾ ਕੀ ਕੀਤਾ, ਸਿਰਫ 40,000 ਰੁਪਇਆ ਪੰਜਾਬ ਨੂੰ ਦਿੱਤਾ ਸੀ। ਉਸ ਟਾਈਮ ਪੜ੍ਹਿਓ ਤੁਸੀਂ ਕਦੇ ਧਿਆਨ ਨਾਲ ਹਿਸਟਰੀ, ਸਿਰਫ 40,000 ਰੁਪਇਆ ਪੰਜਾਬ ਨੂੰ ਦਿੱਤਾ। ਅਤੇ ਉਹ ਵੀ 40,000 ਕਿੱਥੋਂ ਲੱਗਣਾ ਸੀ, ਕਿਉਂਕਿ ਜਿਨ੍ਹਾਂ ਨੇ ਲੈ ਕੇ ਆਉਣਾ ਸੀ ਪਹਿਲਾਂ ਉਹਨਾਂ ਦੇ 'ਤੇ ਗੋਗੜਾਂ ਭਰਨੀਆਂ ਸੀ, ਢਿੱਡ ਭਰਨੇ ਸੀ, ਉਹ ਵੀ ਸਰਕਾਰੀ ਬੰਦੇ ਸੀ ਅੱਜ ਵਰਗੇ। ਅਤੇ ਪੰਜਾਬ ਉੱਤੇ ਕਿੰਨਾ ਕੁ ਲੱਗਾ ਹੋਵੇਗਾ, ਕਿਤੇ ਲੱਗ ਗਿਆ ਹੋਊਗਾ 5-7,000। 3 ਲੰਗਰ ਸਿਰਫ ਖੋਲ੍ਹੇ ਗਏ ਸੀ ਪੰਜਾਬ ਵਿੱਚੋਂ, ਜਿਹੜੇ ਕਾਮਯਾਬ ਨਹੀਂ ਸੀ ਹੋਏ। ਤਾਂ ਗੁਰੂ ਰਾਏ ਸਾਹਿਬ ਨੇ ਆਪਣੇ ਦਾਦੇ ਗੁਰੂ ਹਰਗੋਬਿੰਦ ਸਾਹਿਬ, ਆਪਣੇ ਪੜਦਾਦੇ ਸ਼੍ਰੀ ਗੁਰੂ, ਕੌਣ ਸੀ ਜੀ ਪੜਦਾਦਾ ਗੁਰੂ ਰਾਏ ਸਾਹਿਬ ਦਾ? ਗੁਰੂ ਅਰਜਨ ਸਾਹਿਬ ਜੀ ਮਹਾਰਾਜ। ਜ਼ਰੂਰ ਪੜ੍ਹਿਆ ਕਰੋ ਜੀ ਇਤਿਹਾਸ, ਪਤਾ ਹੋਣਾ ਚਾਹੀਦਾ। ਆਪਣੇ ਦਾਦੇ ਅਤੇ ਪੜਦਾਦੇ ਦੇ ਨਕਸ਼ੇ ਕਦਮਾਂ ਉੱਤੇ ਤੁਰਦੇ ਹਾਂ, ਕਿਉਂਕਿ ਕੋਈ ਟਾਈਮ ਸੀ ਜਦੋਂ ਲਾਹੌਰ ਦੇ ਵਿੱਚ ਕਾਲ ਪਿਆ, ਗਲੀਆਂ ਬਾਜ਼ਾਰ ਭਰ ਗਏ, ਲੋਕ ਮਰੇ ਪਏ ਹੋਏ ਸਨ, ਅਤੇ ਕਿਸੇ ਨੇ ਸਾਂਭੇ ਨਹੀਂ ਸੀ ਨਾ ਜਦੋਂ। ਤਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਪਿੰਡੇ 'ਤੇ ਚੁੱਕ ਚੁੱਕ ਕੇ ਮਰੀਜ਼ਾਂ ਨੂੰ ਹੋਸਪਿਟਲਾਂ 'ਚ ਪਹੁੰਚਾਇਆ ਸੀ, ਜਿਹੜੇ ਸਤਿਗੁਰੂ ਨੇ ਖੋਲ੍ਹੇ ਸੀ ਉਸ ਟਾਈਮ ਛੋਟੇ ਛੋਟੇ। ਤਾਂ ਵੱਖ ਵੱਖ ਜਗ੍ਹਾ 'ਤੇ ਪਹੁੰਚਾਇਆ, ਜਿਹੜੇ ਮਰ ਚੁੱਕੇ ਸੀ ਉਹਨਾਂ ਦਾ ਸੰਸਕਾਰ ਆਪਣੇ ਹੱਥੀਂ ਕੀਤਾ, ਜਿਹੜੇ ਮੁਸਲਮਾਨ ਸੀ ਉਹਨਾਂ ਨੂੰ ਦਫਨਾਇਆ। ਇਹ ਸਾਡਾ ਇਤਿਹਾਸ ਹੈ, ਐਵੇਂ ਨਿਰਭਉ ਨਿਰਵੈਰ ਨਹੀਂ ਇਹ ਸਾਡੇ ਸਤਿਗੁਰੂ। ਤਾਂ ਗੁਰੂ ਰਾਏ ਸਾਹਿਬ ਜੀ ਨੇ ਉਸ ਟਾਈਮ ਜਿਹੜਾ ਦਸਵੰਧ ਸੀ ਉਹਦੀ ਯੋਗ ਵਰਤੋਂ ਕੀਤੀ। ਇੱਥੇ ਮੈਂ ਥੋੜ੍ਹਾ ਜਿਹਾ ਰੁਕਣਾ ਚਾਹੁੰਦਾ ਗੁਰਮੁਖੋ, ਬੜੀ ਹੈਰਾਨੀ ਦੀ ਗੱਲ ਹੈ ਵੀ ਸਾਡੇ ਸਤਿਗੁਰੂ ਦੀ ਕਿੰਨੀ ਉੱਚੀ ਸੋਚ ਸੀ ਅਤੇ ਅੱਜ ਕੀ ਹੈ ਜੀ। ਦੇਖੋ, ਸਤਿਗੁਰੂ ਨੇ ਆਪਣੇ ਸਿੱਖਾਂ ਨੂੰ ਕਿਹਾ ਵੀ ਗੌਰਮੈਂਟ ਨੇ 3 ਲੰਗਰ ਖੋਲ੍ਹੇ ਹੈ, ਉਹਦੇ ਵਿੱਚ ਵੀ ਝਿੜਕ ਝਿੜਕ ਕੇ ਕੁਛ ਮਿਲਦਾ। ਅੱਜ ਹੀ ਤੁਸੀਂ ਵੇਖ ਲਓ ਪੰਜਾਬ ਵਿੱਚ ਕੁਛ ਹੋ ਜਾਏ, ਸਰਕਾਰ ਵੱਲੋਂ ਲੰਗਰ 2-4 ਖੁੱਲ੍ਹੇ ਜਾਣ, ਅਤੇ ਉਹਨਾਂ ਲੰਗਰਾਂ ਦਾ ਹਾਲਤ ਕਿੱਦਾਂ ਦੀ ਹੋਏਗੀ ਸੋਚ ਕੇ ਦੇਖਿਓ। ਕਿੰਨੀਆਂ ਗਾਲਾਂ ਪੈਂਦੀਆਂ ਪੈਣਗੀਆਂ ਉੱਥੇ, ਕਿੰਨੇ ਦਬਕੇ ਪੈਣਗੇ, ਕਿੰਨੇ ਲੋਕ ਵਿਚਾਰੇ ਭੁੱਖੇ ਮਰਨਗੇ ਬਾਹਰ ਖੜ੍ਹੇ ਖੜ੍ਹੇ। ਪਹਿਲਾਂ ਆਪਣਿਆਂ ਨੂੰ ਰਜਾਉਣਾ, ਫਿਰ ਦੂਜਿਆਂ ਦੇ ਬਾਰੇ ਉਹਨਾਂ ਨੇ ਸੋਚਣਾ। ਵੀ ਗੁਰੂ ਰਾਏ ਸਾਹਿਬ ਨੇ ਕਿਹਾ ਵੀ ਜਿਹੜੇ ਉਹ ਸਰਕਾਰੀ 3 ਲੰਗਰ ਖੁੱਲ੍ਹੇ ਆ ਉਹਨਾਂ ਦੀ ਪਰਵਾਹ ਨਾ ਕਰੋ, ਤੁਸੀਂ ਘਰ ਘਰ 'ਚ ਲੰਗਰ ਖੋਲ੍ਹੋ। ਪੜ੍ਹਿਓ ਇਤਿਹਾਸ, ਘਰ ਘਰ ਵਿੱਚ ਲੰਗਰ ਖੋਲ੍ਹਣੇ, ਇਹ ਹੁਕਮ ਸਤਿਗੁਰ ਨੇ ਦਿੱਤਾ। ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਆਪਣੀ ਕਿਤਾਬ 'ਚ ਲਿਖਿਆ, ਕਹਿੰਦੇ ਘਰ ਘਰ ਦੇ ਵਿੱਚ ਲੰਗਰ ਖੁੱਲ੍ਹਿਆ, ਘਰ ਘਰ ਦੇ ਵਿੱਚ। ਅਤੇ ਹਰ ਇੱਕ ਪਿੰਡ ਦੇ ਵਿੱਚ ਜਿਹੜੇ ਗੁਰਮੁਖ ਪਿਆਰੇ ਸੀ ਉਹਨਾਂ ਨੇ ਪਿੰਡਾਂ ਦੇ ਪਿੰਡ ਕਵਰ ਕੀਤੇ, ਜਿਹੜੇ ਵਿਦੇਸ਼ਾਂ 'ਚ ਸਿੱਖ ਸੀ ਉਹਨਾਂ ਨੇ ਖੁੱਲ੍ਹੇ ਗੱਫੇ ਭੇਜੇ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੇ ਉਸ ਟਾਈਮ ਪੰਜਾਬ ਨੂੰ ਨਾ ਸਾਂਭਦੇ ਤਾਂ ਅੱਜ ਸ਼ਾਇਦ ਅੱਧੇ ਤੋਂ ਜ਼ਿਆਦਾ ਪੰਜਾਬ ਹੀ ਖਤਮ ਹੋ ਜਾਂਦਾ, ਇੰਨਾ ਬੁਰਾ ਹਾਲ ਸੀ ਉਸ ਟਾਈਮ। ਅਤੇ ਸਤਿਗੁਰੂ ਨੇ ਸਾਂਭਿਆ ਪੰਜਾਬ ਨੂੰ, ਹਾਲਾਤ ਵੇਖੇ। ਅਤੇ ਗੁਰੂ ਨਾਨਕ ਸਾਹਿਬ ਦੇ ਘਰ ਦਾ ਜਿਹੜਾ ਦਸਵੰਧ ਸੀ, ਉਹ ਜਿਹੜਾ ਪੈਸਾ ਸੀ, ਉਹਨੂੰ ਯੋਗ ਜਗ੍ਹਾ 'ਤੇ ਵਰਤਿਆ। ਹੁਣ ਮੈਂ ਆਪਣੀ ਗੱਲ ਵੱਲ ਆ ਜਾਵਾਂ। ਹਰ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਤਾਂ ਹੁੰਦਾ ਹੀ ਹੈ, 2 ਵੀ ਹੈ, 3 ਵੀ ਹੈ, ਕਈ ਵਾਰ ਪਿੰਡਾਂ ਵਿੱਚ 4-4, 5-5 ਵੀ ਹੈ, ਕਿਉਂਕਿ ਧੜੇ ਬੜੇ ਬਣ ਗਏ ਸਾਡੇ ਆਪਸ ਦੇ ਵਿੱਚ। ਉਹ ਜਿਹੜਾ ਪੈਸਾ ਹੈ ਨਾ ਗੁਰੂ ਘਰ ਦਾ, ਹੁਣ ਮੈਂ ਦੁਬਾਰਾ ਉੱਥੇ ਆਉਣ ਲੱਗਾ। ਪਿੰਡਾਂ ਦੇ ਵਿੱਚ ਜਦੋਂ ਕਿਤੇ ਵੀਡੀਓ ਅਪਲੋਡ ਕਰਦੇ ਨੇ ਸਾਡੇ ਗੁਰਮੁਖ ਪਿਆਰੇ, ਵੇਖੋ ਜੀ ਆਹ ਭੈਣ ਦਾ ਘਰ ਟੁੱਟਾ, ਕੱਖਾਂ ਕਾਨਿਆਂ ਦੀ ਛੱਤ ਹੈ, ਆਹ ਫਲਾਣਾ ਬਜ਼ੁਰਗ ਭੁੱਖ ਨਾਲ ਮਾਰਿਆ ਜਾਂ ਬਿਮਾਰੀ ਨਾਲ ਮਾਰਿਆ, ਜਾਂ ਆਹ ਬੱਚੇ ਵੇਖੋ ਜੀ ਵਿਲਕਦੇ ਪਏ। ਤੁਸੀਂ ਵੇਖੋ ਆਮ ਵੀਡੀਓ ਹੁੰਦੀਆਂ ਨੇ, ਕਦੇ ਸੋਚਿਓ ਵੀ ਉਸ ਪਿੰਡ ਦੇ ਲੋਕ ਮਰ ਗਏ? ਸੋਚਣ ਵਾਲੀ ਗੱਲ ਹੈ।
ਪੰਜਾਬ ਦਾ ਕਿਹੜਾ ਪਿੰਡ ਹੈ ਜਿੱਥੇ ਲੋਕ ਆਪਣੇ ਬਾਹਰ ਨਹੀਂ ਆਏ ਜਾਂ ਆਪਾਂ ਬਾਹਰ ਨਹੀਂ ਗਏ, ਜਾਂ ਪੰਜਾਬ ਦਾ ਕਿਹੜਾ ਪਿੰਡ ਹੈ ਜਿੱਥੇ ਕੋਈ ਗੁਰਦੁਆਰਾ ਨਹੀਂ, ਜਾਂ ਪੰਜਾਬ ਦਾ ਕਿਹੜਾ ਪਿੰਡ ਹੈ ਜਿੱਥੇ ਕੋਈ ਅਮੀਰ ਨਹੀਂ ਹੈ? ਸਤਿਗੁਰੂ ਨੇ ਸਾਨੂੰ ਕੀ ਸਿੱਖਿਆ ਦਿੱਤੀ ਭਲਾ? ਜੇ ਇੱਕ ਪਿੰਡ ਦੇ ਵਿੱਚ 500 ਜਾਣਾ ਵੀ ਹੈ, ਉਹਦੇ ਵਿੱਚੋਂ 300 ਜਾਣਾ ਅਮੀਰ ਹੈ, 200 ਗਰੀਬ ਹੈ, ਅਤੇ ਆਪਸ ਦੇ ਵਿੱਚ ਆਪਾਂ ਸਾਂਭ ਸਕਦੇ ਹਾਂ, ਉਹਨਾਂ ਨੂੰ ਸਾਂਭ ਸਕਦੇ ਹਾਂ। ਅਤੇ ਜਿਹੜੀ ਗੁਰੂ ਨਾਨਕ ਸਾਹਿਬ ਦੀ ਗੋਲਕ ਹੈ ਨਾ, ਉਹਦਾ ਸਹੀ ਇਸਤੇਮਾਲ ਹੀ ਇਹ ਹੈ ਵੀ ਜੇਕਰ ਕੋਈ ਗਰੀਬ ਹੈ ਉਹਦੀ ਲੋੜ ਪੂਰੀ ਕਰੋ, ਜੇਕਰ ਕੋਈ ਮਰੀਜ਼ ਹੈ ਉਹਦੀ ਲੋੜ ਪੂਰੀ ਕਰੋ, ਕਿਉਂਕਿ ਗੁਰੂ ਹਰਿਰਾਏ ਸਾਹਿਬ ਨੇ ਇਹੀ ਸਿਖਾਇਆ ਸਾਨੂੰ। ਘਰ ਘਰ 'ਚ ਲੰਗਰ ਖੋਲ੍ਹ ਦਿਓ, ਸਤਿਗੁਰ ਨੇ ਜਿਹੜਾ ਦਸਵੰਦ ਸੀ ਸਾਰਾ ਸਾਰਾ ਲੇਖੇ ਲਾ ਦਿੱਤਾ ਲੋਕਾਂ ਨੂੰ ਸਾਂਭਣ ਦੇ ਲਈ, ਹੋਰ ਦੂਰ ਨਾ ਜਾਓ। ਗੁਰੂ ਅਮਰਦਾਸ ਸਾਹਿਬ ਨੇ ਬੌੜੀ ਕਿਉਂ ਤਿਆਰ ਕਰਵਾਈ? ਗੁਰੂ ਅਰਜਨ ਸਾਹਿਬ ਨੇ ਛਿਆਟੇ ਸਾਹਿਬ ਵਾਲਾ ਖੂਹ ਕਿਉਂ ਤਿਆਰ ਕਰਵਾਇਆ? ਗੁਰੂ ਸਾਹਿਬ ਨੇ ਸ਼ਹਿਰ ਕਿਉਂ ਉਸਾਰੇ? ਗੁਰੂ ਸਾਹਿਬ ਨੇ ਸਰੋਵਰ ਕਿਉਂ ਬਣਾਏ? ਗੁਰੂ ਸਾਹਿਬ ਨੇ ਜਿਹੜਾ ਦਸਵੰਦ ਸੀ ਉਹਨੂੰ ਖਰਚ ਕਰਨ ਦੇ ਲਈ ਜਗ੍ਹਾ ਜਗ੍ਹਾ 'ਤੇ ਬੌਲੀਆਂ, ਜਗ੍ਹਾ ਜਗ੍ਹਾ 'ਤੇ ਖੂਹ, ਜਗ੍ਹਾ ਜਗ੍ਹਾ 'ਤੇ ਸਰੋਵਰ ਸਤਿਗੁਰੂ ਜੀ ਬਣਾਉਂਦੇ ਰਹੇ ਨਾ, ਉਹਦੇ ਪਿੱਛੇ ਇਹ ਕਾਰਨ ਸੀ ਕਿ ਧਰਮ ਇਨਸਾਨਾਂ ਦੇ ਲਈ ਹੈ। ਜੇ ਇਨਸਾਨ ਹੀ ਨਾ ਰਹੇ ਤਾਂ ਧਰਮ ਕੀ ਕਰਨਾ ਹੈ ਆਪਾਂ? ਅਤੇ ਜੇ ਪੈਸਾ ਦਿੱਤਾ ਹੈ ਤਾਂ ਉਹਨੂੰ ਸਹੀ ਲੋੜੇ 'ਤੇ ਲਾਉਣ ਦਾ ਉਪਦੇਸ਼ ਵੀ ਮੇਰੇ ਸਤਿਗੁਰੂ ਦਾ ਹੈ। ਹੁਣ ਮੈਂ ਦੁਬਾਰਾ ਫਿਰ ਆਪਣੀ ਗੱਲ ਵੱਲ ਆ ਜਾਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਨਿਰਭਉ ਨਿਰਵੈਰ ਹੈ, ਉਹਨਾਂ ਦੇ ਜੀਵਨ ਦੇ ਵਿੱਚ ਸ਼ਰਧਾ ਕੋਮਲਤਾ ਇੰਨਾ ਪਿਆਰ ਹੈ, ਕਿਉਂਕਿ ਪਿਆਰ ਸ਼ਰਧਾ ਵਿਸ਼ਵਾਸ ਇਹੀ ਧਰਮ ਦਾ ਮੇਨ ਅੰਗ ਹੁੰਦੇ। ਭਾਈ ਸੰਤੋਖ ਸਿੰਘ ਜੀ ਚੂੜਾਮਣੀ ਦੀ ਗੱਲ ਕਰ ਰਹੇ ਸੀ, ਕੰਪਲੀਟ ਕਰ ਦੇਵਾਂ। ਉਹਨਾਂ ਨੇ ਲਿਖਿਆ ਕਹਿੰਦੇ ਸ਼ਰਧਾ ਸਿੱਖੀ ਮੂਲ ਮਹਾਨੀ, ਕਹਿੰਦੇ ਜਿਹੜੀ ਸ਼ਰਧਾ ਹੈ ਨਾ, ਸ਼ਰਧਾ ਮਤਲਬ ਵਿਸ਼ਵਾਸ, ਕਹਿੰਦੇ ਜਿਹੜਾ ਵਿਸ਼ਵਾਸ ਹੈ ਨਾ ਇੱਕ ਮੁੱਢ ਹੈ ਸਿੱਖੀ ਦਾ, ਸ਼ਰਧਾ ਜਿਹੜੀ ਨਾ ਇੱਕ ਮੁੱਢ ਹੈ ਸਿੱਖੀ ਦਾ, ਇੱਕ ਜੜ੍ਹ ਹੈ। ਅੱਗੇ ਸੁਣਿਓ ਜੀ, ਸ਼ਰਧਾ ਸਿੱਖੀ ਮੂਲ ਮਹਾਨੀ, ਬਿਨ ਸ਼ਰਧਾ ਸਿੱਖੀ ਹੋਏ ਹਾਨੀ, ਕਹਿੰਦੇ ਜਦੋਂ ਸਾਡੀ ਜ਼ਿੰਦਗੀ 'ਚ ਸ਼ਰਧਾ ਨਾ ਰਹੀ, ਨੁਕਸਾਨ ਹੀ ਨੁਕਸਾਨ ਹੋਣਾ, ਨੁਕਸਾਨ ਹੀ ਨੁਕਸਾਨ ਜੀਵਨ ਵਿੱਚ ਹੋਏਗਾ। ਸ਼ਰਧਾ ਸਿੱਖੀ ਮੂਲ ਮਹਾਨੀ, ਬਿਨ ਸ਼ਰਧਾ ਸਿੱਖੀ ਹੋਏ ਹਾਨੀ, ਬਿਨਾਂ ਮੂਲ ਤੇ ਮੁਕਤ ਜੇ ਪਲ ਹੈ, ਕਹੇ ਪ੍ਰਾਪਤ ਹੋਵੇ ਤੇ ਤਲ ਹੈ। ਕਹਿੰਦੇ ਕੋਈ ਮੈਨੂੰ ਦੱਸ ਸਕੇਗਾ ਵੀ ਜੜ੍ਹਾਂ ਤੋਂ ਬਗੈਰ ਕੋਈ ਪੌਦਾ ਉੱਗਦਾ? ਉਹਨੂੰ ਫੁੱਲ ਫਲ ਪੱਤੇ ਲੱਗਦੇ ਨੇ, ਨਹੀਂ ਨਾ ਲੱਗਦੇ? ਤੇ ਜੜ੍ਹਾਂ ਕੀ ਹੈ ਜੀ ਭਲਾ? ਵਿਸ਼ਵਾਸ ਗੁਰੂ ਤੇ ਕੀਤਾ ਹੋਇਆ। ਸ਼ਰਧਾ ਸਿੱਖੀ ਮੂਲ ਮਹਾਨੀ, ਬਿਨ ਸ਼ਰਧਾ ਸਿੱਖੀ ਹੋਏ ਹਾਨੀ, ਬਿਨਾਂ ਮੂਲ ਤੇ ਮੁਕਤ ਜੇ ਫਲ ਹੈ, ਨਹਿ ਪ੍ਰਾਪਤ ਹੋਵਤ ਕੇ ਤਲ ਹੈ, ਸ਼ਰਧਾ ਤੇ ਉਰ ਧਰ ਉਪਦੇਸ਼ ਪਾਏ ਅਚਲ ਸੁਖ ਤਜੇ ਕਲੇਸ਼। ਕਹਿੰਦੇ ਜੀਵਨ ਦੇ ਵਿੱਚ ਸੁੱਖ ਗੁਰੂ ਦਾ ਵਿਸ਼ਵਾਸ ਦਿੰਦਾ। ਜੇ ਜੇ ਵਿਸ਼ਵਾਸ ਹੈ ਨਾ ਗੁਰੂ ਦੇ ਉੱਤੇ, ਯਾਦ ਰੱਖਿਓ ਗੁਰੂ ਇੰਨੀਆਂ ਝੋਲੀਆਂ ਭਰਦਾ, ਸਾਡੀ ਝੋਲੀ ਛੋਟੀ ਹੋ ਜਾਂਦੀ ਹੈ, ਗੁਰੂ ਦੀਆਂ ਦਾਤਾਂ ਨਹੀਂ ਖਤਮ ਹੁੰਦੀਆਂ।